ਸਤਿ ਸ਼੍ਰੀ ਅਕਾਲ ਜੀ ਸਰ ਨੂੰ ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਤੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸੌਤ ਹੈ ਜੀ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਅਪਡੇਟ ਨਹੀਂ ਆਇਆ ਨਾ ਹੀ ਸਨਾ ਤੋਰੀਆ 2020 ਤੇ ਉੱਤੇ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਹਿਲਜੁਲ ਕੀਤੀ ਗਈ ਹੈ ਅਤੇ ਨਾ ਹੀ ਇਟਲੀ ਦੇ ਵਿੱਚ ਜਿਹੜੀ ਨੈਸ਼ਨੈਲਿਟੀ ਅਪਲਾਈ ਕੀਤੀ ਜਾਂਦੀ ਹੈ ਉਹਦੇ ਸਮੇਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੈ ਨਾ ਹੀ ਇਟਲੀ ਦੇ ਵਿੱਚ ਜਿਹੜੀ ਸਜੋੜ ਨੂੰ ਮਿਲਦੀ ਹੈ ਇਹਨਾਂ ਦੇ ਉੱਤੇ ਕਿਸੇ ਵੀ ਕਾਨੂੰਨ ਨੂੰ ਚੇਂਜ ਕੀਤਾ ਗਿਆ ਹੈ ਫਿਲਹਾਲ ਸਰਕਾਰ ਦੀ ਜਿਹੜੀ ਪ੍ਰਾਇੋਰਟੀ ਹੈ ਹੋਰ ਸਰਕਾਰ ਸਰਕਾਰ ਆ ਜਿਹੜੀ ਆਪਣੇ ਜਿਹੜੇ ਕੰਮ ਹੋਰ ਨੇ ਬਜਟ ਵੇਸ਼ ਕਰਨਾ ਸਮੁੰਦਰ ਰਾਸਤੇ ਜਿਹੜੀ ਇਮੀਗ੍ਰੇਸ਼ਨ ਆ ਰਹੀ ਹੈ ਦੋ ਨੰਬਰ ਦੀ ਇਸ ਨੂੰ ਰੋਕਣਾ ਇਟਲੀ ਤੋਂ ਫਰਾਂਸ ਨੂੰ ਜਿਹੜੇ ਦੋ ਨੰਬਰ ਚ ਬੰਦੇ ਜਾ ਰਹੇ ਇਹਨਾਂ ਨੂੰ ਰੋਕਣਾ ਜਾਂ ਉਧਰੋਂ ਜਿਹੜੇ ਆ ਰਹੇ ਉਹਨਾਂ ਨੂੰ ਰੋਕਣਾ ਇਸ ਦੇ ਵਿੱਚ ਐਸ ਟਾਈਮ ਵੀ ਸੀ ਇਸ ਕਰਕੇ ਇਮੀਗ੍ਰੇਸ਼ਨ ਦੀ ਨਿਊਜ਼ ਨਹੀਂ ਸ਼ਾਇਦ ਅਗਲੇ ਹਫ਼ਤੇ ਚ ਆਵੇ ਪਰ ਐਸ ਟਾਈਮ ਚਾਂਸ 2023 ਦੇ ਪਹਿਲੇ ਮਹੀਨੇ ਚ ਤਕਰੀਬਨ ਜਨਵਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਲੱਗ ਰਿਹਾ ਨੇ ਕਿ ਇਮੀਗ੍ਰੇਸ਼ਨ ਖੁੱਲੂਗੀ ਸਭ ਤੋਂ ਪਹਿਲੇ ਬ੍ਰੇਡਵਾਲ ਚੱਲਦੇ ਆਂ ਜੀ ਸਭ ਤੋਂ ਆਪਣਾ ਪਹਿਲਾ ਅਪਡੇਟ ਆ ਰਿਹਾ ਜੀ ਇੱਕ ਇੰਡੀਅਨ ਇੱਕ ਇੰਡੀਅਨ ਭਾਰਤੀ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਕਿ ਇੱਕ ਸਿਤਰਾਵਨ C3 ਨਾਂ ਦੀ ਗੱਡੀ 'ਚ ਸੀ ਜਿਹੜੀ ਗੱਡੀ ਚਲਾ ਰਿਆ ਸੀਗਾ ਅਤੇ ਉਸ ਦਾ ਸਵੇਰੇ 6:30 ਵਜੇ ਐਕਸੀਡੈਂਟ ਹੋ ਜਾਂਦਾ ਕਿਸੇ ਚੀਜ਼ ਦੇ ਵਿੱਚ ਟੱਕਰ ਵੱਜਦੀ ਆਪ ਹੀ ਕਿਸੇ ਦੀ ਗਲਤੀ ਨਹੀਂ ਸੀ ਆਪਣੀ ਗਲਤੀ ਦੇ ਨਾਲ ਅਤੇ ਜਦੋਂ ਪੁਲਿਸ ਵਾਲੇ ਉੱਥੇ ਪਹੁੰਚਦੇ ਨੇ ਉਹਦੀ ਹੈਲਪ ਕਰਦੇ ਨੇ ਉਹਨੂੰ ਗੱਡੀ 'ਚੋਂ ਬਾਹਰ ਕੱਢਦੇ ਨੇ ਨਾਮ ਪੁੱਛਦੇ ਨੇ ਕਿੱਥੇ ਰਹਿੰਦੇ ਨੇ ਲਾਇਸੈਂਸ ਵੀ ਉਸ ਤੋਂ ਲੈਂਦੇ ਨੇ ਜਦੋਂ ਲਾਇਸੈਂਸ ਦੇਖਦੇ ਆ ਤੇ ਰਿਪਬਲਿਕਾ ਚੈੱਕ ਕਰਦਾ ਲਾਇਸੈਂਸ ਬਣਿਆ ਹੁੰਦਾ ਜੋ 4 ਜੂਨ 2021 ਦਾ ਹੁੰਦਾ ਜੋ ਕਿ ਡੁਪਲੀਕੇਟ ਹੁੰਦਾ ਉਹ ਸਿਚੁਏਸ਼ਨ ਦੇ ਵਿੱਚ ਬੰਦੇ ਦੀ ਤਾਂ ਚਲੋ ਹੈਲਪ ਕਰਨੀ ਕਰਨੀ ਆ ਉਹਨੂੰ ਹੈਲਪ ਕਰਨ ਦੇ ਨਾਲ ਨਾਲ ਉਸ ਇੰਡੀਅਨ ਜਿਹੜਾ ਆਪਣਾ 50 ਸਾਲ ਜਿੱਸ ਦੀ ਉਮਰ ਉਹਦੇ ਸਿਰ ਵੀ ਕੇਸ ਹੋਇਆ ਕੇਸ ਹੋਇਆ ਮਤਲਬ ਉਹਦੇ ਸਿਰ ਦਿਨੂਨਚਾ ਹੋ ਗਿਆ ਗੱਡੀ ਨੂੰ ਜਿਹੜਾ ਜ਼ਬਤ ਕਰ ਲਿਆ ਗਿਆ ਹੁਣ ਪੈਸਿਆਂ ਦਾ ਕਿੰਨਾ ਦਰੂਨ ਚਾ ਹੋ ਸਕਦਾ ਦੇਖੋ ਜੇਕਰ ਅਸੀਂ ਇਟਲੀ ਦੇ ਵਿੱਚ ਡੁਪਲੀਕੇਟ ਲਾਇਸੈਂਸ ਲੈ ਕੇ ਘੁੰਮਦੇ ਹਾਂ ਜ਼ਿਆਦਾਤਰ ਨਾਰਮਲੀ ਦੱਸਿਆ ਜਾ ਰਿਹਾ ਕਿ 5000 ਜੁਰਮਾਨਾ ਹੁੰਦਾ ਜੀ ਨਹੀਂ ਅਸਲ ਦੇ ਵਿੱਚ ਜੇਕਰ ਅਸੀਂ ਡੁਪਲੀਕੇਟ ਲਾਇਸੈਂਸ ਲੈ ਕੇ ਘੁੰਮਦੇ ਹਾਂ ਤਾਂ ਇਟਲੀ ਦਾ ਜਿਹੜਾ ਕਾਨੂੰਨ ਆ 218 ਕੋਡ ਦੇ ਚੇਦਲਾ ਸਰਾ ਦਾ ਸੜਕ ਦੇ ਕਾਨੂੰਨਾਂ ਦੇ ਵਿੱਚ ਜਿਹੜੀ ਧਾਰਾ 218 ਨੇ ਉਹਦੇ ਹਿਸਾਬ ਨਾਲ ਦੱਸਿਆ ਗਿਆ ਕਿ 2000 4000 ਤੋਂ ਲੈ ਕੇ 8186 ਯਰੋ ਤੱਕ ਜੁਰਮਾਨਾ ਕੀਤਾ ਜਾਂਦਾ ਉਹਦੇ ਵਿੱਚ ਜਿਹੜਾ ਬੰਦਾ ਕਰ ਰਿਹਾ ਜਰਮਨੋ ਉਸ ਤੇ ਡਿਪੈਂਡ ਕਰਦਾ ਉਹਨੇ 2040 ਤੋਂ ਸ਼ੁਰੂ ਕਰਨਾ 5000 ਕਰਨਾ 4000 ਕਰਨਾ 7000 ਕਰਨਾ ਉਹਦੀ ਮਰਜ਼ੀ ਆ ਪਲੱਸ ਇਹਦੇ ਨਾਲ ਫੇਰ ਮੋ ਅਮਿਨਿਸਟ੍ਰਾਟਿਵ ਹੁੰਦਾ 3 ਮਹੀਨੇ ਦੇ ਲਈ ਜਿਹੜੀ ਗੱਡੀ ਆ ਉਸ ਨੂੰ ਰੋਕ ਦਿੱਤਾ ਜਾਂਦਾ ਹੁਣ ਉਹ ਜਿਹੜਾ ਗੱਡੀ ਨੂੰ ਰੋਕਣਾ ਉਹ ਬਿਜਲੀ ਤੇ ਪੁਲਿਸ ਵਾਲੇ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਆਪਣੇ ਜਿਹੜੇ ਗੈਰਾਜ ਆ ਆਪਣੇ ਸਟੋਰ ਆ ਆਪਣੀ ਮੈਗਜ਼ੀਨਾਂ ਉੱਥੇ ਰੋਕਣਾ ਜੇਕਰ ਉੱਥੇ ਰੋਕ ਕੇ ਜ਼ਿਆਦਾਤਰ ਕੇਸਾਂ ਦੇ ਵਿੱਚ ਇਦਾਂ ਹੀ ਹੁੰਦਾ ਉੱਥੇ ਰੋਕੇ ਦਾ ਹਰ ਰੋਜ਼ ਜਿਹੜਾ ਉਸ ਦਾ ਵੀ ਚਾਰਜ ਦੇਣਾ ਪੈਂਦਾ ਜਿੰਨੇ ਟਾਈਮ ਜਿੰਨੇ ਦਿਨ ਉੱਥੇ ਗੱਡੀ ਰਹੀ ਹੈ ਤਾਂ ਉਹਦੇ ਹਰ ਰੋਜ਼ ਦੇ ਪੈਸੇ ਸਿਰਚ ਪੈਂਦੇ ਕਿ ਅਸੀਂ ਤੁਹਾਡੀ ਜਿਹੜੀ ਗੱਡੀ ਹੈ ਉਸ ਦੀ ਸਾਮ ਸੰਭਾਲ ਵੀ ਕੀਤੀ ਆ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਤਿੰਨ ਮਹੀਨੇ ਤੂੰ ਹੀ ਗੱਡੀ ਜਿਹੜੀ ਤੁਹਾਡੀ ਘਰ ਵਿੱਚ ਰੱਖਦੇ ਆ ਉਸ ਗੱਡੀ ਤੇ ਫੇਰ ਮੁਮਮੀ ਨਹੀਂ ਸਰਾਤੀ ਉਹ ਤੁਸੀਂ ਉਸ ਗੱਡੀ ਨੂੰ ਚਲਾਉਣ ਦੇ ਦੁਆਰਾ ਫੜੇ ਗਏ ਤਾਂ ਤੁਹਾਡੀ ਜਿਹੜੀ ਲਾਇਸੈਂਸ ਵੀ ਜ਼ਬਤ ਕੀਤਾ ਜਾ ਸਕਦਾ ਤੇ ਜੁਰਮਾਨੇ ਫਿਰ ਤੁਹਾਡੇ ਹੋਰ ਹੋ ਜਾਂਦੇ ਆ ਅਤੇ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਵਰੋਨਾ ਦੇ ਵਿੱਚ ਇੱਕ ਨਵੀਂ ਘਟਨਾ ਵਾਪਰੀ ਹੈ ਘਟਨਾ ਕੀ ਵਾਪਰੀ ਹੈ ਵਰੋਨਾ ਦੇ ਵਿੱਚ ਦੋ ਮੀਆਂ ਬੀਬੀਆਂ ਨੇ ਆਪਸ ਵਿੱਚ ਤਲਾਕ ਲਿਆ ਟ੍ਰਿਬਿਊਨ ਵਾਲੇ ਕਸਾਇਰੀਆਂ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਆਪਸ ਦੇ ਵਿੱਚ ਇੱਕ ਸਮਝੌਤਾ ਵੀ ਕੀਤਾ ਜਿਸ ਸਮਝੌਤੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਦੋਹਾਂ ਨੇ ਮੀਆਂ ਬੀਬੀ ਨੇ ਕਦੇ ਵੀ ਬੱਚਿਆਂ ਦੇ ਸਾਹਮਣੇ ਇੱਕ ਦੂਜੇ ਦੀ ਬੁਰੀਾਈ ਨਹੀਂ ਕਰਨੀ ਹਮੇਸ਼ਾ ਹੀ ਇੱਕ ਦੂਜੇ ਦੀ ਗੱệ ਕਹਿਣਾ ਫਿਰ ਅਸੀਂ ਦੋਨੇ ਜਾਣੇ ਬਹੁਤ ਵਧੀਆ ਸੀ ਲਾਸ ਲੇਪ੍ਰੇਡ ਵੱਲ ਚੱਲ ਜਾਈਂ ਦੱਸਿਆ ਜਾ ਰਿਹਾ ਕਿ ਇਸ ਟਾਈਮ ਤੁਰਕੀ ਦੇ ਵਿੱਚ ਧਮਾਕਾ ਹੋਇਆ ਵਿਸਫੋਟ ਹੋਇਆ ਜੀ ਇਸ ਟਾਈਮ ਪਹਿਲੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਇਨਕੁਆਰੀਆਂ ਇਸ ਟਾਈਮ ਚੱਲ ਰਹੀਆਂ ਨੇ ਸੀਸੀਟੀਵੀ ਜਿਹੜੀ ਫੁਟੇਜ ਉਸ ਨੂੰ ਦੇਖਿਆ ਜਾ ਰਿਹਾ ਤੇ ਪਹਿਲੀ ਜੋ ਇਨਫੋਰਮੇਸ਼ਨ ਆ ਰਹੀ ਹੈ ਕਿ ਸ਼ਾਇਦ ਇੱਕ ਔਰਤਾ ਜੋ ਇੱਕ ਬੈਗ ਛੱਡ ਕੇ ਗਈ ਜਿਸ ਦੇ ਵਿੱਚ ਵਿਸਫੋਟਕ ਸਮਾਨ ਸੀਗਾ ਤੁਰਕੀ ਦੇ ਵਿੱਚ ਤੁਰਕੀ ਦੇ ਵਿੱਚ ਜਿਹੜਾ ਇਸਤੰਬੁਲ ਦੇ ਵਿੱਚ ਇਹ ਵਿਆ ਇਸਤਿਕਲਾਲ ਆ ਜਿਹੜਾ ਜਿੱਥੇ ਇਹ ਧਮਾਕਾ ਹੋਇਆ ਦੱਸਿਆ ਜਾ ਰਿਹਾ ਕਿ ਤਕਰੀਬਨ 6 ਬੰਦਿਆਂ ਦੀ ਮੌਤ ਹੋ ਤੇ ਕਾਫੀ ਜਿਹੜੇ ਬੰਦੇ ਆ 56 57 58 ਕਾਫੀ ਜਿਹੜੇ ਬੰਦੇ ਜਿਹੜੀ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਇਹਨਾਂ ਦੇ ਜ਼ਖਮੀ ਹੋਣ ਦੀ ਗੱਲਬਾਤ ਆ ਰਹੀ ਹੈ ਇਟਲੀ ਦੇ ਤਕਰੀਬਨ 2:20 ਵਜੇ ਤੱਕ ਧਮਾਕਾ ਹੋਇਆ ਅਤੇ ਤੁਰਕੀ ਦੇ ਵਿੱਚ ਤਕਰੀਬਨ ਟਾਈਮ ਇਹ ਜਦ ਸੱਚਾ ਜਾ ਰਿਹਾ ਕਿ 2 4:20 ਮਿੰਟ ਦੀ ਸੀਗੇ ਅਸ ਟਾਈਮ ਪੂਰੀ ਸਿਚੁਏਸ਼ਨ ਦੇਖੀ ਜਾ ਰਹੀ ਹੈ ਕਿ 2015 ਦੇ ਵਿੱਚ 2017 ਦੇ ਵਿੱਚ ਤੁਰਕੀ ਦੇ ਵਿੱਚ ਬਹੁਤ ਹੀ ਸਾਰਾ دہشت گردਾਂ ਦਾ ਮਾਹੌਲ ਸੀਗਾ 테ਰਰਿਸਟ ਜਿਹੜੇ ਅਟੈਕ ਜਿਹੜੇ ਹੁੰਦੇ ਸਨ ਤੇ ਇਸ ਕਰਕੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਤੁਰਕੀ ਨੇ ਆਪਣੀ ਜਿਹੜੀ ਸਿਕਿਉਰਟੀ ਆ ਬਹੁਤ ਹੀ ਜ਼ਿਆਦਾ ਤੇਜ਼ ਕਰ ਦਿੱਤੀ ਹੈ ਉੱਥੇ ਬਹੁਤ ਹੀ ਜ਼ਿਆਦਾ ਚੈਕਿੰਗ ਛਾਣਬਣ ਹੋ ਰਹੀ ਹੈ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਹੁਣਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਹਾਂਜੀ ਲਾਸਟ ਅਪਡੇਟ ਇੱਕ ਹੋਰ ਹੈ ਜੀ ਕਿ ਆਈਪੀਐਲ ਦੇ ਵਿੱਚ ਜਿੱਤ ਹੋਈ ਇੰਗਲੈਂਡ ਦੀ ਇੰਡੀਆ ਤੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਫਾਈਨਲ ਦੇ ਵਿੱਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਇੰਗਲੈਂਡ ਨੇ ਜਿੱਤ ਪ੍ਰਾਪਤ ਕੀਤੀ ਹੈ 2020 ਵਰਲਡ ਕੱਪ ਜਿੱਤ ਲਿਆ ਸੈਮੀਫਾਈਨਲ ਦੇ ਵਿੱਚ ਇੰਡੀਆ ਤੇ ਫਾਈਨਲ ਦੇ ਵਿੱਚ ਪਾਕਿਸਤਾਨ ਨੂੰ ਹਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ